ओ मैं तीनों को सलाइयां दे कराए ओ सलाई दी एनी मार किते अपने जिन्ने मर्जी लोकी सवाले ओ मेरे बच्चे ਹੁਸ਼ਿਆਰਪੁਰ ਉਨਾ ਰੋਡ ਤੇ ਪੈਂਦੇ ਪਿੰਡ ਬਜਵਾੜਾ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਵਿਓਤਾ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਗਈ ਹੈ। ਮ੍ਰਿਤਕਾ ਦਾ ਸਾਲ 2019 ਵਿੱਚ ਵਿਆਹ ਹੋਇਆ ਸੀ ਤੇ ਉਸਦਾ 6 ਮਹੀਨੇ ਦਾ ਇੱਕ ਮਾਸੂਮ ਬੱਚਾ ਵੀ ਹੈ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਉਹਨਾਂ ਦੀ ਧੀ ਨਾਲ ਸਹੁਰਾ ਪਰਿਵਾਰ ਅਕਸਰ ਝਗੜਾ ਕਰਦਾ ਰਹਿੰਦਾ ਸੀ, ਜਿਸ 'ਤੇ ਉਸਨੇ ਆਪਣੇ ਮਾਪਿਆਂ ਨੂੰ ਫੋਨ ਕਰਕੇ ਕਿਹਾ ਸੀ ਕਿ ਉਹ ਉਸਨੂੰ ਇੱਥੋਂ ਲੈ ਜਾਣ। ਪਰ ਸ਼ਾਮ 4 ਵਜੇ ਦੇ ਕਰੀਬ ਸਹੁਰਾ ਪਰਿਵਾਰ ਵੱਲੋਂ ਉਸ ਦੇ ਮਾਪਿਆਂ ਨੂੰ ਕਿਹਾ ਗਿਆ ਕਿ ਉਹਨਾਂ ਦੀ ਧੀ ਦੀ ਮੌਤ ਹੋ ਗਈ ਹੈ। ਉਹਨਾਂ ਕਿਹਾ ਹੈ ਕਿ ਉਹਨਾਂ ਦੀ ਧੀ ਨੇ ਆਪਣੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਹੈ। ਉਹ ਮੈਂ ਧੀ ਨੂੰ ਕੋਸ ਸਲਾਈਆਂ ਦੇ ਕਰਾਏ ਉਹ ਸਲਾਈ ਦੀ ਐਨੀ ਮਾਰ ਕਿਤੇ ਆਪਣੇ ਜਿੰਨੇ ਮਰਜ਼ੀ ਲੋਕੀ ਸਵਾਲੇ ਉਹ ਮੇਰੇ ਬੱਚੇ ਉਹ ਦਿਨੇ ਸੱਸ ਨੇ ਕਰਨੀ ਉਹ ਮੇਰਾ ਬੱਚਿਆ ਉਹ ਮਰ ਗਏ ਧੀਏ ਆ ਜੜਿਆ ਚੌਹਾਂ ਨੇ ਨੀ ਉਹ ਮੇਰੀ ਕੁੜੀ ਕਿਹਨੂੰ ਦੱਸਦੀ ਕਹਿੰਦੀ ਮੰਮੀ ਮੈਨੂੰ ਲੈ ਜਾਓ ਆ ਕੇ। ਮੈਂ ਕਿਹਾ ਬੱਚਿਆ ਮੈਂ ਆਈ ਉਹ ਮੈਨੂੰ ਕੀ ਪਤਾ ਸੀਗਾ ਉਹ ਹਾਏ 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 ਸਾਡੀ ਭਤੀਜੀ ਲੱਗਦੀ ਹੈ ਜੀ ਲੜਕੀ। ਕੀ ਲੱਗਦਾ ਹੈ ਕਿ ਸਹੁਰੇ ਪਰਿਵਾਰ ਨੇ ਮਾਰਿਆ ਕੀ? ਹਾਂਜੀ ਸਹੁਰੇ ਪਰਿਵਾਰ ਨੇ ਹੀ ਭਾਜੀ, ਹੁਣ ਸਹੁਰੇ ਘਰ ਮਰੀ ਤੇ ਸਹੁਰੇ ਪਰਿਵਾਰ ਦਾ ਹੀ ਆ ਉਹ ਚ ਰੋਲ ਸਾਰਾ, ਸਹੁਰੇ ਪਰਿਵਾਰ ਵਾਲੇ ਹੀ ਮਰੀ ਆ। ਤੰਗ ਪਰੇਸ਼ਾਨ ਵੀ ਕਰਦੀ ਕਹਿੰਦੇ ਪੈਣੀ? ਤੰਗ ਪਰੇਸ਼ਾਨ ਭਾਜੀ ਇਹਨਾਂ ਨੂੰ ਸਾਰਾ। ਮੈਂ ਇਹਨਾਂ ਕੋਲ 3-4 ਦਿਨ ਮੈਂ ਪਹਿਲਾਂ ਆਇਆ ਸੀ ਤੇ ਉਦੋਂ ਅਸੀਂ ਉਹ ਅੰਦਰ ਤਾਰਾਂ ਤੂਰਾਂ ਪਾ ਕੇ ਗਏ, ਬਿਜਲੀ ਦਾ ਥੋੜ੍ਹਾ ਜਿਹਾ ਕੰਮ ਕੀਤਾ ਸੀ ਤੇ ਉਸ ਤੋਂ ਬਾਅਦ ਮੈਂ ਉਦਣ ਗਿਆ। ਉਦਣ ਇਹ ਉੱਥੇ ਟ੍ਰੇਨਿੰਗ 'ਤੇ ਗਈ ਹੋਈ ਆਉਂਦੀ, ਕਹਿੰਦੀ ਚਾਚਾ ਜੀ ਵਾਏ ਦੋ। ਉਦਣ ਖੁਸ਼ ਸੀ ਕੁੜੀ, ਲੇਕਿਨ ਉਸ ਤੋਂ ਬਾਅਦ ਹੁਣ ਆਹ ਹਾਲਾਤ ਦੇਖਿਆ ਤੇ ਉਹ ਤੋਂ ਮੈਨੂੰ ਸਾਬਤ ਹੋ ਰਿਹਾ ਲੜਕੀ ਕਾਫੀ ਦੁਖੀ ਸੀ। ਹਾਂਜੀ ਹਾਂਜੀ ਆਹ ਹਾਲਾਤਾਂ ਤੋਂ ਨਜ਼ਰ ਆ ਰਿਹਾ ਵੀ ਲੜਕੀ ਦੁਖੀ ਸੀ। ਮਾਮਲਾ ਹਾਲੇ ਕੁਛ ਨਹੀਂ ਪਤਾ ਹੈਗਾ, ਹਾਲੇ ਤਾਂ ਸਾਨੂੰ ਇਨਫੋਰਮੇਸ਼ਨ ਆਈ ਆ, ਰਿਸ਼ਤੇਦਾਰ ਦੋਨੇ ਪਾਸੇ ਆ ਚੁੱਕੇ ਆ। ਠੀਕ ਹੈ, ਸਾਨੂੰ ਜਦੋਂ ਸਟੇਟਮੈਂਟ ਦੇਣਗੇ ਉਸ ਮੁਤਾਬਕ ਹੀ ਮਾਮਲਾ ਸਾਹਮਣੇ ਆਊਗਾ। ਫਿਲਹਾਲ ਜੋ ਸਾਨੂੰ ਅਸੀਂ ਦੇਖਿਆ, ਜੋ ਸਾਨੂੰ ਇਨਫੋਰਮੇਸ਼ਨ ਮਿਲੀ ਆ ਕਿ ਲੜਕੀ ਨੇ ਫਾਹਾ ਲੈ ਲਿਆ। ਲੜਕੀ ਦਾ ਨਾਮ ਸਤਵਿੰਦਰ ਕੌਰ ਆ। ਹਾਂਜੀ ਮੈਰਿਡ ਆ ਜੀ, ਸਹੁਰੇ ਘਰ ਪਰਿਵਾਰ 'ਚ। ਹਾਂਜੀ ਇੱਕ ਬੱਚਾ ਆ ਛੋਟਾ ਜੀ, ਇੱਦਾਂ ਕਹਿ ਨਹੀਂ ਸਕਦੇ ਹਾਲੇ, ਕੋਈ ਇਨਫੋਰਮੇਸ਼ਨ ਨਹੀਂ। ਵਿਦਆਊਟ ਸਟੇਟਮੈਂਟ ਵੀ ਕੈਨ ਨਾਟ ਸੇ ਐਨੀਥਿੰਗ।